ਬਰਨਾਲਾ ਵਿੱਚ ਮਾਲਵਾ ਸਾਹਿਤ ਸਭਾ ਵੱਲੋਂ ਇੱਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੇਖਕਾਂ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੇਖਕ ਸੁਰਜੀਤ ਸਿੰਘ ਬਰਾੜ ਨੇ ਆਪਣੇ ਪੰਜਾਬੀ ਨਾਵਲ ਜੰਗਲਾਂ ਦੇ ਦਾਅਵੇਦਾਰ ਨੂੰ ਲੋਕ ਅਰਪਣ ਕੀਤਾ। ਇਸ ਦੇ ਨਾਲ ਹੀ ਲੇਖਕ ਕਰਮਜੀਤ ਸਿੰਘ ਨਿਦੌਰਨੀ ਦੀ ਕਾਵ ਪੁਸਤਕ ਮੋਏ ਪਾਣੀਆਂ ਦੀ ਝੀਲ ਬਾਰੇ ਚਰਚਾ ਕੀਤੀ ਗਈ, ਜਿਸਦੇ ਸੰਬੰਧ ਵਿੱਚ ਲੇਖਕਾਂ ਅਤੇ ਪਾਠਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਦੌਰਾਨ ਲੇਖਕਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਭਾ ਵੱਲੋਂ ਪੰਜਾਬੀ ਸਾਹਿਤ ਪ੍ਰਤੀ ਨੌਜਵਾਨਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਅਜਿਹੇ ਸਮਾਗਮ ਕਰਵਾਏ ਜਾ ਰਹੇ ਨੇ। ਅੱਜ ਮਾਲਵਾ ਸਹਿਤ ਸਭਾ ਵੱਲੋਂ ਮੋਏ ਪਾਣੀਆਂ ਦੀ ਝੀਲ, ਜੋ ਕਾਵਿ ਸੰਗ੍ਰਹਿ ਹੈ ਕਰਮਜੀਤ ਸਿੰਘ ਨੌਧਰਾਣੀ ਦਾ, ਉਸ ਉੱਪਰ ਗੋਸ਼ਟੀ ਕਰਵਾਈ ਜਾ ਰਹੀ ਹੈ, ਜਿਸ ਉੱਪਰ ਡਾਕਟਰ ਤੇਜਾ ਸਿੰਘ ਤਿਲ ਪੇਪਰ ਪੜ੍ਹਨਗੇ ਅਤੇ ਬਹੁਤ ਹੀ ਪ੍ਰਸਿੱਧ ਹਿੰਦੀ ਨਾਵਲਕਾਰਾ ਮਹਾਸ਼ਵੇਤਾ ਦੇਵੀ, ਉਸ ਦਾ ਨਾਵਲ ਜੋ ਪੰਜਾਬੀ ਵਿੱਚ ਅਨੁਵਾਦ ਕੀਤਾ ਡਾਕਟਰ ਸੁਰਜੀਤ ਬਰਾੜ ਨੇ, ਜੰਗਲ ਦੇ ਦਾਅਵੇਦਾਰ, ਉਸ ਦਾ ਲੋਕ ਅਰਪਣ ਕੀਤਾ ਗਿਆ। ਇਸ ਤੋਂ ਇਲਾਵਾ ਗੀਤਕਾਰ ਪ੍ਰੈਟੀ ਮੱਤੀ ਦਾ ਗੀਤ, ਜੋ ਉਸਨੇ ਨਸ਼ਿਆਂ ਦੇ ਖਿਲਾਫ ਲਿਖਿਆ, ਉਸ ਗੀਤ ਦਾ ਪੋਸਟਰ ਵੀ ਇਸ ਸਮਾਗਮ ਦੇ ਵਿੱਚ ਰਿਲੀਜ਼ ਕੀਤਾ ਗਿਆ। ਸਾਹਿਤ ਅਕੈਡਮੀ ਦਿੱਲੀ ਤੋਂ ਜਿਹੜਾ ਸਾਹਿਤ ਪੁਰਸਕਾਰ ਮਿਲਦਾ, ਸਾਹਿਤ ਅਕੈਡਮੀ ਪੁਰਸਕਾਰ ਜੋ ਬਾਲ ਸਾਹਿਤ ਲਈ ਇਸ ਵਾਰ ਬਰਨਾਲੇ ਦੇ ਸ਼ਹਿਰ ਬਰਨਾਲੇ ਦੇ ਤਰਸੇਮ ਜੀ ਨੂੰ ਮਿਲਿਆ, ਉਹਨਾਂ ਦਾ ਸਨਮਾਨ ਕੀਤਾ ਗਿਆ। ਪਰਮਜੀਤ ਮਾਨ, ਜਿਨ੍ਹਾਂ ਨੂੰ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਕਨਵੀਨਰ ਨਿਯੁਕਤ ਕੀਤਾ ਗਿਆ, ਉਹਨਾਂ ਦਾ ਸਨਮਾਨ ਕੀਤਾ ਗਿਆ। ਮਾਲਵਾ ਸਾਹਿਤ ਸਭਾ ਬਰਨਾਲਾ ਲਗਭਗ 6-7 ਸਾਲਾਂ ਤੋਂ ਆਪਣੀ ਇਸ ਸਮਾਗਮ ਦੀ ਲਗਾਤਾਰਤਾ ਵਿੱਚ ਜਾਰੀ ਹੈ, ਜਿੱਥੇ ਨਵੇਂ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਂਦੀਆਂ ਹਨ, ਉੱਥੇ ਗੋਸ਼ਟੀਆਂ ਵੀ ਕਰਾਈਆਂ ਜਾਂਦੀਆਂ ਹਨ ਅਤੇ ਕਵੀ ਦਰਬਾਰ ਵੀ ਹੁੰਦਾ ਹੈ। ਕਿਉਂਕਿ ਜਿਹੜਾ ਇਹ ਨਾਵਲ ਆ, ਮਹਾਸ਼ਵੇਤਾ ਦੇਵੀ ਬੰਗਾਲ ਦੀ ਪ੍ਰਸਿੱਧ ਨਾਵਲਕਾਰਾ ਹੈ, ਜਿਸ ਨੇ ਲਗਭਗ 100 ਪੁਸਤਕਾਂ ਲਿਖੀਆਂ ਨੇ, ਉਸ ਦੀਆਂ ਮੈਂ ਪਹਿਲਾਂ ਵੀ ਕਹਾਣੀਆਂ ਅਨੁਵਾਦ ਕਰ ਚੁੱਕਾ, ਪਰ ਇਹ ਨਾਵਲ ਜੰਗਲ ਦੇ ਦਾਅਵੇਦਾਰ ਬਹੁਤ ਹੀ ਕਮਾਲ ਦਾ ਨਾਵਲ ਹੈ, ਜੋ ਅੱਜ ਸਮਕਾਲ ਦੇ ਵਿੱਚ ਵੀ ਇਸ ਦੀ ਓਨੀ ਹੀ ਮਹੱਤਤਾ ਹੈ ਜਿੰਨੀ ਕਿ ਪੁਰਾਣੇ ਸਮੇਂ ਦੇ ਵਿੱਚ ਸੀ, ਕਿਉਂਕਿ ਬਸਤੀਵਾਦੀ ਹਕੂਮਤ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਲੜਿਆ ਗਿਆ ਸੰਘਰਸ਼ ਹੈ ਝਾਰਖੰਡ ਦੇ ਵਿੱਚ ਜੰਗਲਾਂ ਦੇ ਵਿੱਚ, ਉਹ ਬੀਰਸਾ ਮੁੰਡਾ, ਇੱਕ ਮੁੰਡਾ ਜਾਤੀ ਦਾ ਨਾਮ ਹੈ ਬੀਰਸਾ ਮੁੰਡਾ, ਜੋ ਉਹ ਅਗਵਾਈ ਕਰ ਰਿਹਾ ਸੀ ਇਸ ਅੰਦੋਲਨ ਦੀ, ਔਰ ਉਹਨਾਂ ਨੇ ਹਾਰ ਨਹੀਂ ਮੰਨੀ, ਕਿਉਂਕਿ ਉਹ ਜੰਗਲ ਦੇ ਦਾਅਵੇਦਾਰ ਸਨ, ਉਹਨਾਂ ਨੂੰ ਜ਼ਮੀਨ ਤੋਂ, ਉਹਨਾਂ ਨੂੰ ਜੰਗਲ ਤੋਂ ਖਦੇੜਿਆ ਜਾ ਰਿਹਾ ਸੀ, ਅਤੇ ਪਰ ਜਿਹੜੀ ਉੱਥੋਂ ਦੇ ਆਦਿਵਾਸੀ ਲੋਕ ਆ ਉਹ ਇਕੱਠੇ ਹੋ ਕੇ ਉਹਨਾਂ ਨੇ ਸੰਘਰਸ਼ ਕੀਤਾ, ਬਹੁਤ ਵੱਡੀ ਲੜਾਈ ਦਿੱਤੀ, ਬਸਤੀਵਾਦੀ ਹਕੂਮਤ ਦੀਆਂ ਜਿਹੜੀਆਂ ਅੰਗਰੇਜ਼ ਸਰਕਾਰ ਸੀ ਉਹਨਾਂ ਦੀਆਂ ਚੂਲਾਂ ਹਿਲਾ ਦਿੱਤੀਆਂ। ਇਸ ਕਰਕੇ ਨਾਵਲ ਬਹੁਤ ਹੀ ਮਹੱਤਵਪੂਰਨ ਹੈ।